ਇਤਰਾਜ਼ ਨਹੀਂ ਕਿਸੇ ਗੱਲ ਦਾ ਵੀ ਜੀ, ਸਾਡੇ ਕੋਲ ਬੋਡੀ ਪਹੁੰਚੀ ਆ ਅੰਮ੍ਰਿਤਪਾਲ ਸਿੰਘ ਜੀ ਮੇਰੇ ਮਾਮਾ ਜੀ ਦੀ, ਅਸੀਂ ਸਿਰਫ ਪ੍ਰਸ਼ਾਸਨ ਕੋਲ ਉਹਨਾਂ ਦੀ ਮੈਡੀਕਲ ਰਿਪੋਰਟ ਜਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹਦੀ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਉਹਨਾਂ ਦੇ ਕਿੱਦਾਂ ਸ਼ਾਟਸ ਲੱਗੇ ਆ, ਡੈਥ ਕਿਸ ਕਾਰਨ ਹੋਈ ਆ, ਗੋਲੀਆਂ ਦੇ ਨਾਲ ਹੋਈ ਆ ਜਾਂ ਕਿਸ ਕਾਰਨ ਹੋਈ ਆ, ਉਹ ਸਾਨੂੰ ਹਾਲੇ ਤਾਂ ਕੁਝ ਵੀ ਪ੍ਰੋਵਾਈਡ ਨਹੀਂ ਹੋਇਆ। ਨਹੀਂ, ਤੁਹਾਨੂੰ ਜਿਹੜੀ ਤੁਸੀਂ ਬੋਡੀ ਦੇਖੀ ਤੁਹਾਨੂੰ ਉਹ 'ਚ ਇਤਰਾਜ਼ ਕੀ ਲੱਗ ਰਿਹਾ? ਸਰ ਇਤਰਾਜ਼ ਇਹ ਆ ਕਿ ਸਾਨੂੰ ਕਲੀਅਰ ਹੀ ਨਹੀਂ ਕੀਤਾ ਗਾ ਮੈਡੀਕਲ ਰਿਪੋਰਟ, ਜੇ ਉਹਨਾਂ ਦਾ ਪੋਸਟਮਾਰਟਮ ਹੋਇਆ ਮੈਡੀਕਲ ਰਿਪੋਰਟ ਹੋਈ ਹੋਏਗੀ? ਸਰ ਗੋਲੀਆਂ ਦੇ ਨਿਸ਼ਾਨ ਹੈ ਨੇ? ਨਹੀਂ ਸਰ, ਹਾਲੇ ਤੇ ਨਹੀਂ ਲੱਭਿਆ, ਸਿਰਫ ਫੇਸ ਦੇ ਉੱਪਰ ਸੱਟਾਂ ਨੇ। ਸਰ ਹਾਲੇ ਪ੍ਰਸ਼ਾਸਨ ਨੂੰ ਡਿਮਾਂਡ ਕੀਤੀ ਆ ਮੈਡੀਕਲ ਰਿਪੋਰਟ ਜੀ, ਉਹਨਾਂ ਨੂੰ ਕਿਹਾ ਕਿ ਮੈਡੀਕਲ ਰਿਪੋਰਟ ਵਗੈਰਾ ਸਾਨੂੰ ਪ੍ਰੋਵਾਈਡ ਕਰਾਈ ਜਾਵੇ, ਉਹਨਾਂ ਚਿਰ ਬਾਕੀ ਹਾਲੇ ਪਰਿਵਾਰ ਸਾਰਾ ਬੈਠਾ ਹੈ ਜੀ। ਬਸ ਜੀ ਸਰ, ਉਹ ਉੱਥੋਂ ਜੰਮੂ ਕਸ਼ਮੀਰ ਤੋਂ ਆਇਆ, ਉਹ ਤਾਂ ਸਰ ਚਲੋ ਗੱਲ ਪੈਸੇ ਦੀ ਨਹੀਂ ਹੁੰਦੀ, ਪੈਸੇ ਨਾਲ ਜਾਨ ਨਹੀਂ ਮੁੜ ਜਾਣੀ, ਗੱਲ ਇਹ ਹੈ ਕਿ ਸਾਨੂੰ ਘੱਟੋ ਘੱਟ ਇਹ ਕਲੀਅਰ ਕੀਤਾ ਜਾਵੇ ਕਿ ਜੇ ਉਹਦੀ ਡੈਥ ਹੋਈ ਆ ਕਿਸ ਤਰੀਕੇ ਕਾਰਨ ਹੋਈ ਆ ਤੇ ਕਿੱਦਾਂ ਗੋਲੀਆਂ ਲੱਗੀਆਂ, ਕਿੱਥੇ ਲੱਗੀ ਆ। ਨਹੀਂ, ਸਾਨੂੰ ਹਾਲੇ ਤੱਕ ਤੇ ਨਹੀਂ ਲੱਗਦਾ, ਸਾਨੂੰ ਹਾਲੇ ਤੱਕ ਨਹੀਂ ਲੱਗ ਰਿਹਾ ਜੀ ਕਿ ਗੋਲੀ ਲੱਗੀ ਆ। ਨਹੀਂ ਲੱਗੀ ਗੋਲੀ। ਤੁਸੀਂ ਹੁਣ ਬੋਡੀ ਤੁਹਾਡੇ ਤੱਕ ਪਹੁੰਚੀ ਆ, ਪਰਿਵਾਰ ਨੇ ਬੋਡੀ ਦੇਖੀ, ਉਸ ਤੋਂ ਬਾਅਦ ਕੀ ਕਹਿਣਾ ਹੁਣ ਪਰਿਵਾਰ ਦਾ, ਤੁਸੀਂ ਪਰਿਵਾਰ ਦੇ ਮੈਂਬਰ? ਸਾਰਾ ਸਾਨੂੰ ਇਨਸਾਫ ਚਾਹੀਦਾ, ਸਾਨੂੰ ਪਤਾ ਤਾਂ ਲੱਗੇ ਦਰਅਸਲ ਗੱਲ ਕੀ ਹੋਈ ਆ, ਸਿਰਫ ਉਹਦੇ ਫੇਸ ਤੇ ਆ ਸੱਟਾਂ ਦਾ ਨਿਸ਼ਾਨ, ਬਸ ਮੱਥੇ ਦੇ ਆ ਇੱਥੇ ਆ, ਬਸ ਕੋਈ ਹੈ ਨਹੀਂ ਆ, ਕੋਈ ਪਤਾ ਤੇ ਲੱਗੇ ਚੱਕਰ ਕੀ ਸਾਨੂੰ, ਪੂਰੀ ਗੱਲ ਦਾ ਤਾਂ ਪਤਾ ਲੱਗੇ ਜੀ। ਸਾਰੇ ਇਹੀ ਦੱਸਿਆ ਬਸ ਡੈਥ ਹੋਈ ਆ ਜੀ, ਆਹੀ ਕੱਲ ਦਾ ਨਿਊਜ਼ ਵੀ ਇਹੀ ਚੱਲਣ ਦੇ ਆ, AK-47 ਨਾਲ ਬ੍ਰੈਸਟ ਵੱਜੀਆਂ, ਜੇ ਹੋਇਆ AK-47 ਨਾਲ ਬ੍ਰੈਸਟ ਵੱਜੇ, ਬੰਦੇ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੇ ਵੱਜੀ ਆ। ਸਾਨੂੰ ਇਨਸਾਫ ਚਾਹੀਦਾ, ਸਾਨੂੰ ਪਤਾ ਲੱਗਣਾ ਚਾਹੀਦਾ ਕੀ ਰੀਜ਼ਨ ਆ, ਕੀ ਡੈਥ ਕਿਉਂ ਹੋਈ ਆ, ਕੀ ਪਤਾ ਕਿਉਂ ਨਹੀਂ, ਉਦਾਂ ਹੀ ਸੱਟਾਂ ਦਾ ਇਲਾਜ ਨਹੀਂ ਹੋਇਆ ਹੋਵੇ ਜਾਂ ਕੁਛ, ਉਦਾਂ ਹੀ ਪੋਸਟਮਾਰਟਮ ਕਰਤਾ, ਕੀ ਚੱਕਰ ਆ, ਨਹੀਂ ਕਰਨਾ ਇਹ, ਸਾਨੂੰ ਗੱਲ ਸਾਫ ਸਾਨੂੰ ਕਲੀਅਰ ਚਾਹੀਦਾ, ਬਸ ਗੱਲ ਕੀ ਰੀਜ਼ਨ ਕੀ, ਬਸ ਜੀ। ਦੇਖੋ ਮੇਰੀ SP ਸਾਹਿਬ ਸੇ ਬਾਤ ਹੋਈ ਹੈ, ਗੋਲੀ ਜੋ ਲੱਗ ਕੇ ਜੋ ਨਿਕਲ ਗਈ ਜੀ ਹੈ, ਉਸਕੇ ਬਾਅਦ ਜਬ ਉਹਨਾਂ ਨੇ ਪੋਸਟਮਾਰਟਮ ਕੀਆ ਤੋ ਉਸਕੋ ਸਟਿਚ ਕਰ ਦਿਆ, ਤੋ ਪੋਸਟਮਾਰਟਮ ਰਿਪੋਰਟ ਉਨਕੀ ਅਭੀ ਤਿਆਰ ਹੋ ਰਹੀ ਹੈ, ਤੋ ਉਹ ਹਮੇ ਕਾਪੀ ਕਰ ਦੇ। ਨਹੀਂ, ਉਹ ਟਾਈਮ ਲੱਗਤਾ ਨਾ, ਅਭੀ ਪੋਸਟਮਾਰਟਮ ਹੁਆ, ਵਹਾਂ ਤੋ ਚਲਤੇ ਰਹਤੇ ਹੈ ਕਾਮ ਐਸੇ ਨਾ, ਤੋ ਟਾਈਮ ਤੋ ਲੱਗਤਾ, ਵੋ ਕਰਕੇ ਤਿਆਰ ਹਮੇ ਭੇਜ ਦੇਂਗੇ। ਉਹ ਮੇਰੀ ਅਭੀ ਬਾਤ ਹੋ ਰਹੀ ਸੀ ਉਨਸੇ। ਨਹੀਂ, ਹਮੇ ਕੁਛ ਐਸਾ ਇਫੈਕਟ ਨਹੀਂ ਹੈ, ਮੇਰੀ SHO ਸਾਹਿਬ ਸੇ ਬਾਤ ਹੋਈ ਹੈ, ਬਾਕੀ ਉਨਕੋ ਚਾਹੀਏ ਹੋਗੇ ਤੋ ਮੰਗਵਾ ਕੇ ਦੇ ਦੇਂਗੇ ਉਸਮੇ, ਕਿਉਂਕਿ ਇਹ ਜੋ ਕਲੀਅਰ ਕੱਟ ਵਹਾਂ ਹੁਆ ਹੈ, ਕੋਈ ਇੰਬੀਗੂਅਸ ਚੀਜ਼ੇ ਤੋ ਹੈ ਨਹੀਂ, ਕੋਈ ਡਾਊਟਫੁਲ ਹੈ, ਵਹਾਂ ਹੁਆ ਹੈ ਇਨਕਾਊਂਟਰ, ਗੋਲੀ ਚਲੀ ਹੈ। ਹਾਂਜੀ, ਮਾਰ ਪਿਟਾਈ ਕਰਕੇ ਪੋਸਟਮਾਰਟਮ ਬਤਾਇਆ ਗਿਆ ਜੀ, ਇਸਕੇ ਬਾਰੇ ਮੈਂ ਨਹੀਂ ਬੋਲ ਸਕਦਾ। ਠੀਕ ਹੈ ਜੀ, ਓਕੇ, ਥੈਂਕ ਯੂ।